ਮੈਂ ਡਾਕਟਰ ਹਰੀਸ਼ ਸ਼ਰਮਾ, ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵਧਾਰ ਸੰਘਰਸ਼ ਕਮੇਟੀ। ਇਹ ਸ਼੍ਰੀ ਗਿਆਨ ਚੰਦ ਜੀ ਹੈ ਜੀ, ਇਹ ਮਜੀਠੇ ਫੈਕਟਰੀ 'ਚ ਸਰਵ ਕੰਮ ਕਰਦੇ ਨੇ। ਇਹ ਫੈਕਟਰੀ ਤੋਂ ਕਰੀਬ 4-5 ਦਾ ਸਮਾਂ ਹੋਣਾ ਆ ਰਹੇ ਸੀ, ਜਦੋਂ ਗਮਟਾਲੇ ਵਾਲਾ ਪੁੱਲ ਉੱਤਰੇ ਉੱਥੇ ਇਹਨਾਂ ਨੂੰ 5-6 ਬੰਦੇ ਪੈ ਗਏ ਜੀ, ਜਿਨ੍ਹਾਂ ਨੇ ਇਹਨਾਂ 'ਤੇ ਜਾਨਲੇਵਾ ਹਮਲਾ ਕੀਤਾ। ਹੋਰ ਇਹਨਾਂ ਦਾ ਰਾਈਟ ਸਾਈਡ ਦਾ ਗੁੱਟ ਵੀ, ਹੱਡੀ ਫੈਕਚਰ ਹੋ ਗਈ ਆ, ਨਾਲ ਨਾੜਾਂ ਵੀ ਵੱਡੀਆਂ ਗਈਆਂ ਨੇ, ਦਾਤਰ ਮਾਰੇ ਨੇ, ਹੋਰ ਚੈਨ ਵੀ ਖੋਈ ਆ, ਪੈਸੇ ਵੀ ਖੋਏ ਨੇ। ਜਿਹੜੀ ਗਮਟਾਲੇ ਪੁਲਿਸ ਚੌਂਕੀ ਹੈ ਜੀ, ਉੱਥੇ ਬੰਦਿਆਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਦੱਸਿਆ, 1 ਘੰਟੇ ਬਾਅਦ ਆ ਰਹੇ ਆ ਜੀ। 1 ਘੰਟੇ ਬਾਅਦ ਦੇਖੋ, ਲਾਗੇ ਚੌਂਕੀ ਹੋਵੇ ਅਤੇ 1 ਘੰਟੇ ਬਾਅਦ ਆਉਣ, ਇਹ ਵੀ ਬਹੁਤ ਮਾੜੀ ਗੱਲ ਆ। ਮੈਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦਾ ਜੀ, ਇਹ ਜਿਹੜੇ ਸਾਡੇ ਕੋਲ ਫੋਟੋਆਂ ਵੀ ਆ ਜੀ, ਉਹ ਬੰਦਿਆਂ ਨੇ ਜਿਨ੍ਹਾਂ ਨੇ ਇਹ ਮਤਲਬ ਇਹ ਜਾਨਲੇਵਾ ਹਮਲਾ ਕੀਤਾ, ਇਹ ਬੰਦਿਆਂ 'ਤੇ ਪਰਚਾ ਕੀਤਾ ਜਾਵੇ। ਜੇ ਕੋਈ ਇਹਨਾਂ ਦੀ ਰਾਜਿਸ਼ ਸੰਜੇ ਸ਼ਾਹ ਪੁਰਾਣੀ ਕੋਈ, ਉਹ ਬੰਦਾ ਜਿਹੜਾ ਮੇਨ ਆ, ਉਹਦੇ 'ਤੇ ਵੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ। ਪਤਾ ਲੱਗਾ ਕਿੰਨੇ ਕੁ ਤਰੀਕੇ ਨਾਲ ਬੰਦੇ ਸੀਗੇ ਇਹ ਬੰਦੇ ਜੀ? ਆ ਮੈਂ ਫੋਟੋਆਂ ਮੇਰੇ ਕੋਲ ਨੇ ਜੀ, 2 ਗੱਡੀਆਂ ਨੇ, 5-6 ਬੰਦੇ ਲੱਗਦੇ ਨੇ ਜੀ, ਜਿਹੜਾ ਜਿਨ੍ਹਾਂ ਨੇ ਇਹਨਾਂ 'ਤੇ ਹਮਲਾ ਕੀਤਾ ਜੀ। ਲੁੱਟੇ ਇੱਕ ਇਹਨਾਂ ਕੋਲ ਚੈਨ ਖੋਈ ਹੈ ਜੀ, ਕੁਛ ਪੈਸੇ ਵੀ ਸੀ ਥੋੜ੍ਹੇ ਬਹੁਤੇ ਜਿਹੜੇ ਉਹ ਖੋਏ ਨੇ, ਔਰ ਇਹਨਾਂ ਦੇ ਸਿਰ 'ਚ ਇਹਨਾਂ ਨੇ ਦਾਤਰ ਮਾਰੇ ਨੇ। ਜੇ ਇਹਨਾਂ ਨੇ ਹੈਲਮਟ ਨਾ ਪਾਇਆ ਹੁੰਦਾ ਅਤੇ ਐਡ ਦੀ ਸਪੋਰਟ ਮੌਕੇ 'ਤੇ ਇਹਨਾਂ ਦੀ ਡੈਥ ਹੋ ਜਾਣੀ ਸੀ। ਮੈਂ ਕਹਿੰਦਾ ਪੁਲਿਸ ਲੋਅ ਐਂਡ ਆਰਡਰ ਹੈ ਹੀ ਨਹੀਂ ਜੀ। ਮੈਂ ਤਾਂ ਕਹਿੰਦਾ ਜੇ ਕਮਿਸ਼ਨਰ ਸਾਹਿਬ ਆਏ ਨੇ, ਕਹਿੰਦੇ ਜੀ ਅਸੀਂ ਬਹੁਤ ਸੁਧਾਰ ਕਰਤਾ, ਸੁਧਾਰ ਮੈਨੂੰ ਤਾਂ ਕੋਈ ਦਿਸਦਾ ਨਹੀਂ ਜੀ, ਇਹ ਕੋਈ ਸੁਧਾਰ ਨਹੀਂ ਹੈਗਾ, ਸ਼ਰੇਆਮ ਵਾਰਦਾਤਾਂ ਹੋ ਰਹੀਆਂ, ਗੋਲੀਆਂ ਚੱਲ ਰਹੀਆਂ, ਇਹ ਕਾਹਦਾ ਸੁਧਾਰ ਆ ਜੀ? ਮੈਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦਾ ਜੀ, ਜਿਹੜੀ ਆ ਤੁਹਾਡੀ ਪੁਲਿਸ ਆ ਨਾ ਜੀ, ਜਿਹੜੀ 1 ਘੰਟੇ ਬਾਅਦ ਆਉਂਦੀ ਹੈ, ਸੱਟ ਲੱਗੀ ਹੋਵੇ ਬੰਦਾ ਪਤਾ ਲੱਗਦਾ, ਉਹਨਾਂ ਨੂੰ ਕਹਿਣ ਜੀ ਮੌਕੇ 'ਤੇ ਜਾਇਆ ਕਰੋ, ਜਲਦੀ ਜਾਇਆ ਕਰੋ। ਉਹ ਮੈਂ ਇਹਨਾਂ ਦੇ ਕਾਰਵਾਈ ਕਰਨਾ ਬੰਦਿਆਂ 'ਤੇ, ਜੇ ਨਾ ਕਰਨਗੇ ਤਾਂ ਅਸੀਂ ਗਮਟਾਲੇ ਚੌਂਕੀ ਦਾ ਘਿਰਾਓ ਕਰਾਂਗੇ, ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਮੈਂ ਡਾਕਟਰ ਹਰੀਸ਼ ਸ਼ਰਮਾ, ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵਧਾਰ ਸੰਘਰਸ਼ ਕਮੇਟੀ। ਇਹ ਸ਼੍ਰੀ ਗਿਆਨ ਚੰਦ ਜੀ ਹੈ ਜੀ, ਇਹ ਮਜੀਠੇ ਫੈਕਟਰੀ 'ਚ ਸਰਵ ਕੰਮ ਕਰਦੇ ਨੇ। ਇਹ ਫੈਕਟਰੀ ਤੋਂ ਕਰੀਬ 4-5 ਦਾ ਸਮਾਂ ਹੋਣਾ ਆ ਰਹੇ ਸੀ, ਜਦੋਂ ਗਮਟਾਲੇ ਵਾਲਾ ਪੁੱਲ ਉੱਤਰੇ ਉੱਥੇ ਇਹਨਾਂ ਨੂੰ 5-6 ਬੰਦੇ ਪੈ ਗਏ ਜੀ, ਜਿਨ੍ਹਾਂ ਨੇ ਇਹਨਾਂ 'ਤੇ ਜਾਨਲੇਵਾ ਹਮਲਾ ਕੀਤਾ। ਹੋਰ ਇਹਨਾਂ ਦਾ ਰਾਈਟ ਸਾਈਡ ਦਾ ਗੁੱਟ ਵੀ, ਹੱਡੀ ਫੈਕਚਰ ਹੋ ਗਈ ਆ, ਨਾਲ ਨਾੜਾਂ ਵੀ ਵੱਡੀਆਂ ਗਈਆਂ ਨੇ, ਦਾਤਰ ਮਾਰੇ ਨੇ, ਹੋਰ ਚੈਨ ਵੀ ਖੋਈ ਆ, ਪੈਸੇ ਵੀ ਖੋਏ ਨੇ। ਜਿਹੜੀ ਗਮਟਾਲੇ ਪੁਲਿਸ ਚੌਂਕੀ ਹੈ ਜੀ, ਉੱਥੇ ਬੰਦਿਆਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਦੱਸਿਆ, 1 ਘੰਟੇ ਬਾਅਦ ਆ ਰਹੇ ਆ ਜੀ। 1 ਘੰਟੇ ਬਾਅਦ ਦੇਖੋ, ਲਾਗੇ ਚੌਂਕੀ ਹੋਵੇ ਅਤੇ 1 ਘੰਟੇ ਬਾਅਦ ਆਉਣ, ਇਹ ਵੀ ਬਹੁਤ ਮਾੜੀ ਗੱਲ ਆ। ਮੈਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦਾ ਜੀ, ਇਹ ਜਿਹੜੇ ਸਾਡੇ ਕੋਲ ਫੋਟੋਆਂ ਵੀ ਆ ਜੀ, ਉਹ ਬੰਦਿਆਂ ਨੇ ਜਿਨ੍ਹਾਂ ਨੇ ਇਹ ਮਤਲਬ ਇਹ ਜਾਨਲੇਵਾ ਹਮਲਾ ਕੀਤਾ, ਇਹ ਬੰਦਿਆਂ 'ਤੇ ਪਰਚਾ ਕੀਤਾ ਜਾਵੇ। ਜੇ ਕੋਈ ਇਹਨਾਂ ਦੀ ਰਾਜਿਸ਼ ਸੰਜੇ ਸ਼ਾਹ ਪੁਰਾਣੀ ਕੋਈ, ਉਹ ਬੰਦਾ ਜਿਹੜਾ ਮੇਨ ਆ, ਉਹਦੇ 'ਤੇ ਵੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ। ਪਤਾ ਲੱਗਾ ਕਿੰਨੇ ਕੁ ਤਰੀਕੇ ਨਾਲ ਬੰਦੇ ਸੀਗੇ ਇਹ ਬੰਦੇ ਜੀ? ਆ ਮੈਂ ਫੋਟੋਆਂ ਮੇਰੇ ਕੋਲ ਨੇ ਜੀ, 2 ਗੱਡੀਆਂ ਨੇ, 5-6 ਬੰਦੇ ਲੱਗਦੇ ਨੇ ਜੀ, ਜਿਹੜਾ ਜਿਨ੍ਹਾਂ ਨੇ ਇਹਨਾਂ 'ਤੇ ਹਮਲਾ ਕੀਤਾ ਜੀ। ਲੁੱਟੇ ਇੱਕ ਇਹਨਾਂ ਕੋਲ ਚੈਨ ਖੋਈ ਹੈ ਜੀ, ਕੁਛ ਪੈਸੇ ਵੀ ਸੀ ਥੋੜ੍ਹੇ ਬਹੁਤੇ ਜਿਹੜੇ ਉਹ ਖੋਏ ਨੇ, ਔਰ ਇਹਨਾਂ ਦੇ ਸਿਰ 'ਚ ਇਹਨਾਂ ਨੇ ਦਾਤਰ ਮਾਰੇ ਨੇ। ਜੇ ਇਹਨਾਂ ਨੇ ਹੈਲਮਟ ਨਾ ਪਾਇਆ ਹੁੰਦਾ ਅਤੇ ਐਡ ਦੀ ਸਪੋਰਟ ਮੌਕੇ 'ਤੇ ਇਹਨਾਂ ਦੀ ਡੈਥ ਹੋ ਜਾਣੀ ਸੀ। ਮੈਂ ਕਹਿੰਦਾ ਪੁਲਿਸ ਲੋਅ ਐਂਡ ਆਰਡਰ ਹੈ ਹੀ ਨਹੀਂ ਜੀ। ਮੈਂ ਤਾਂ ਕਹਿੰਦਾ ਜੇ ਕਮਿਸ਼ਨਰ ਸਾਹਿਬ ਆਏ ਨੇ, ਕਹਿੰਦੇ ਜੀ ਅਸੀਂ ਬਹੁਤ ਸੁਧਾਰ ਕਰਤਾ, ਸੁਧਾਰ ਮੈਨੂੰ ਤਾਂ ਕੋਈ ਦਿਸਦਾ ਨਹੀਂ ਜੀ, ਇਹ ਕੋਈ ਸੁਧਾਰ ਨਹੀਂ ਹੈਗਾ, ਸ਼ਰੇਆਮ ਵਾਰਦਾਤਾਂ ਹੋ ਰਹੀਆਂ, ਗੋਲੀਆਂ ਚੱਲ ਰਹੀਆਂ, ਇਹ ਕਾਹਦਾ ਸੁਧਾਰ ਆ ਜੀ?
ਮੈਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦਾ ਜੀ, ਜਿਹੜੀ ਆ ਤੁਹਾਡੀ ਪੁਲਿਸ ਆ ਨਾ ਜੀ, ਜਿਹੜੀ ਇੱਕ ਇੱਕ ਘੰਟੇ ਬਾਅਦ ਆਉਂਦੀ ਹੈ, ਸੱਟ ਲੱਗੀ ਹੋਵੇ ਬੰਦਾ ਪਤਾ ਲੱਗਦਾ, ਉਹਨਾਂ ਨੂੰ ਕਹਿਣ ਜੀ ਮੌਕੇ 'ਤੇ ਜਾਇਆ ਕਰੋ, ਜਲਦੀ ਜਾਇਆ ਕਰੋ, ਉਹ ਮੈਂ ਇਹਨਾਂ ਦੇ ਕਾਰਵਾਈ ਕਰਨਾ ਬੰਦਿਆਂ 'ਤੇ, ਜੇ ਨਾ ਕਰਨਗੇ ਤਾਂ ਅਸੀਂ ਗਮਟਾਲੇ ਚੌਂਕੀ ਦਾ ਘਿਰਾਓ ਕਰਾਂਗੇ, ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ।